ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਉਮੀਦ ਕਰਾਂਗੇ ਕਿ ਤੁਸੀਂ ਸਭ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ। ਗਰਮੀ ਜ਼ਰੂਰ ਇਸ ਵਕਤ ਵੱਧ ਗਈ ਹੈ, ਪਾਰਾ ਤਾਪਮਾਨ ਚੜ੍ਹਦਾ ਜਾ ਰਿਹਾ, ਸੋ ਲੂ ਤੋਂ ਵੀ ਬਚਣਾ, ਗਰਮੀ ਤੋਂ ਵੀ ਬਚਣਾ, ਆਪਣੇ ਜਿਹੜੇ ਕੰਮ ਕਾਰ ਨੇ ਉਹ ਵੀ ਕਰਨੇ ਨੇ। ਸਟੂਡੈਂਟਸ ਲਈ ਕਾਫੀ ਕਨਫਿਊਜ਼ਨ ਇਸ ਵਕਤ ਮਾਰਕੀਟ ਦੇ ਵਿੱਚ ਪੈਦਾ ਹੋਈਆਂ ਹੋਈਆਂ ਨੇ, ਖਾਸ ਤੌਰ 'ਤੇ ਰਿਜ਼ਲਟਸ ਲੇਟ ਨੇ, ਇਸ ਵਕਤ ਆਇਲਸ ਦੀਆਂ ਡੇਟਸ ਨਹੀਂ ਮਿਲ ਰਹੀਆਂ, ਔਰ SPP ਜਨਰਲ ਕੈਟਾਗਰੀ ਨੇ ਬਹੁਤ ਬੱਚੇ ਕਨਫਿਊਜ਼ ਕੀਤੇ ਹੋਏ ਨੇ। 5.5 ਦੇ ਉੱਪਰ ਪਹਿਲਾਂ ਹੁੰਦਾ ਸੀ ਕਿ ਵਿਦਿਆਰਥੀ ਦੁਬਾਰਾ ਆਪਣੀ ਟਰਾਈ ਕਰਕੇ 6 ਬੈਂਡ ਲੈ ਕੇ ਫਿਰ SPP ਦੇ ਵਿੱਚ ਲਾਉਂਦਾ ਸੀ, ਕੇਸ ਸਕਸੈਸ ਹੋ ਜਾਂਦਾ ਸੀ। 5.5 'ਤੇ ਸਕਸੈਸ ਹੋਏ ਕੇਸਾਂ ਨੇ ਹੁਣ ਜਿਹੜੇ ਦੂਜੇ ਵਿਦਿਆਰਥੀ ਨੇ ਉਹਨਾਂ ਨੂੰ ਥੋੜ੍ਹਾ ਲੇਜ਼ੀ ਕਰਤਾ, ਮੈਂ ਕਹੂੰਗਾ। ਸੋਚਦੇ ਨੇ ਕਿ 5.5 ਆ ਕੇ ਦੁਬਾਰਾ ਟਰਾਈ ਨਹੀਂ ਕਰਾਂਗੇ, ਇਹਨੂੰ ਜਨਰਲ ਦੇ ਵਿੱਚ ਹੀ ਵੀਜ਼ਾ ਲੈ ਲਈਏ। ਸੋ ਹਰ ਇੱਕ ਵਿਦਿਆਰਥੀ ਦਾ 5.5 'ਤੇ ਵੀਜ਼ਾ ਨਹੀਂ ਆਏਗਾ, ਇਹ ਅੱਜ ਅਸੀਂ ਥੋੜ੍ਹੀ ਜਿਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਵਿਦਿਆਰਥੀ ਵਰਗ USA ਬਾਰੇ ਜਾਣਨਾ ਚਾਹੁੰਦਾ, ਯੂਰਪ ਦਾ ਪੋਲੈਂਡ ਵਾਸਤੇ ਕਾਫੀ ਸਾਰੇ ਮੈਸੇਜਸ ਆਏ ਹੋਏ ਨੇ। ਸੋ ਸ਼ੁਰੂਆਤ ਜਿਹੜੀ ਹੈਗੀ ਅਸੀਂ SPP ਔਰ ਜਨਰਲ ਕੈਟਾਗਰੀ ਕੈਨੇਡਾ ਤੋਂ ਕਰਾਂਗੇ। ਸੈਟਿੰਗ ਅਬਰਾਡ ਤੋਂ ਮੇਰੇ ਨਾਲ ਗੌਰਵ ਤਲਵਾਰ ਜੀ ਨੇ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਗੌਰਵ ਜੀ, ਸ਼ੁਰੂਆਤ ਮੈਂ ਕਰਨੀ ਚਾਹੂੰਗਾ, ਜਿਵੇਂ ਮੈਂ ਭੂਮਿਕਾ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਹੁੰਦਾ ਸੀ ਕਿ ਵਿਦਿਆਰਥੀ ਦਾ ਨੰਬਰ ਘਟਿਆ, ਉਹਨੂੰ ਬੁਖਾਰ ਚੜ ਜਾਂਦਾ ਸੀ ਕਿ ਮੈਂ ਕੈਨੇਡਾ ਜਾਣੂ ਰਹਿ ਗਿਆ, ਦੁਬਾਰਾ ਤਿਆਰੀ ਕਰਦਾ ਸੀ। ਅੱਜ 5.5 'ਤੇ ਆਏ ਹੋਏ ਵੀਜ਼ਾਸ ਨੇ, ਮੈਂ ਨਹੀਂ ਕਹਿ ਰਿਹਾ ਕਿ ਵੀਜ਼ਾਸ ਨਹੀਂ ਲੱਗ ਰਹੇ, ਅਸੀਂ ਕੋਈ ਨਿਖੇਧੀ ਨਹੀਂ ਕਰ ਰਹੇ 5.5 ਬੈਂਡ ਵਾਲਿਆਂ ਦੀ, ਬਟ ਅਸੀਂ ਕਹਿ ਰਹੇ ਕਿ ਕਈ ਵਿਦਿਆਰਥੀ ਦੁਬਾਰਾ 6 ਬੈਂਡ ਲੈ ਸਕਦੇ ਆ, ਆਪਣੇ ਪੈਸੇ ਬਚਾ ਸਕਦੇ ਆ ਜਾਂ ਸਕਸੈਸ ਰੇਟ ਵਧਾ ਸਕਦੇ ਆ, ਉਹ ਲੇਜ਼ੀ ਹੋ ਗਿਆ ਅੱਜ। ਕੀ 5.5 ਆਉਣ ਨਾਲ ਤੁਰੰਤ ਇਮੀਡੀਏਟਲੀ ਜਿਹੜਾ ਹੈਗਾ ਜਨਰਲ ਕੈਟਾਗਰੀ 'ਚ ਟਰਾਈ ਲੈ ਲੈਣੀ ਚਾਹੀਦੀ ਹੈ, ਜਾਂ ਕੁਛ ਕੰਪੈਰੀਜ਼ਨ ਕਰੋਗੇ ਕਿ ਕੁਛ ਵਿਦਿਆਰਥੀਆਂ ਦੇ ਨੰਬਰ ਘੱਟ ਹੈ ਥਿਊਰੀ ਦੇ ਵਿੱਚ, ਉਹਨਾਂ ਨੂੰ ਆਪਣਾ ਪਰਸੈਂਟੇਜ ਬੈਂਡ ਜਿਹੜੀ ਵਧਾ ਕੇ ਹੈ, ਜੇ ਲੋ ਪਰਸੈਂਟੇਜ ਹੈ ਸਕਸੈਸ ਰੇਟ ਵਧਾ ਲੈਣਾ ਚਾਹੀਦਾ? ਦੇਖੋ ਰਣਬੀਰ ਜੀ, ਮੈਂ ਤੁਹਾਨੂੰ ਜਰਨਲ ਦੇ, ਅਗਰ ਤੁਸੀਂ ਜਰਨਲ 'ਚ ਤੁਰੰਤ ਅਪਲਾਈ ਕਰਨ ਲਈ ਕੁਛ ਅਗਰ ਤੁਹਾਡੇ ਕੁਛ ਟਿਪਸ ਦੱਸਣਾ ਚਾਹੁੰਦਾ, ਜਿਸ ਦੇ ਵਿੱਚ ਅਗਰ ਤੁਸੀਂ ਉਸ ਟਿਪਸ ਦੇ ਵਿੱਚ ਯੈਸ ਹੋ ਤਾਂ ਤੁਹਾਨੂੰ ਅਪਲਾਈ ਕਰ ਦੇਣਾ ਚਾਹੀਦਾ। ਨੰਬਰ ਇੱਕ ਗੱਲ, ਰਾਈਟਿੰਗ ਦੇ ਵਿੱਚ 5.5 ਬੈਂਡ ਜ਼ਰੂਰੀ ਨੇ। ਅਗਰ ਰਾਈਟਿੰਗ ਦੇ ਵਿੱਚ ਨੰਬਰ ਘੱਟ ਨੇ ਤਾਂ ਤੁਹਾਨੂੰ ਰੀਟਰਾਈ ਕਰ ਲੈਣਾ ਚਾਹੀਦਾ ਰਾਈਟਿੰਗ 'ਚ। ਹਾਂ, ਉਸਦਾ ਕਾਰਨ ਇਹ ਹੈ ਕਿ ਮੈਕਸੀਮਮ ਕੋਰਸ ਜੋ ਨੇ ਉਹ 5.5 ਬੈਂਡ, ਨੋਡਲੈਨ 5 'ਤੇ ਜਰਨਲ 'ਚ ਵੀਜ਼ਾ ਮਿਲਦਾ ਨੋ ਡਾਊਟ, ਬਟ ਯੂਨੀਵਰਸਿਟੀਜ਼ ਨਾਲ ਲਾਈਕ ਜਿਵੇਂ ਮੈਂ ਅੱਧਾ ਘੰਟਾ ਘੰਟਾ ਉਹਨਾਂ ਦਾ ਸੈਸ਼ਨ ਲੈਂਦਾ ਰਾਤ ਨੂੰ, ਸੈਸ਼ਨ ਉਹਨਾਂ ਨੂੰ ਆਪਣੇ ਨੌਲੇਜ ਨਹੀਂ ਉਹਨਾਂ ਨਾਲ ਡਿਸਕਸ ਕਰਦਾ, ਅਤੇ ਇਹ ਦੱਸਦੇ ਨੇ ਕਿ ਕੁਛ SPP ਕਾਲਜ ਜਾਂ ਯੂਨੀਵਰਸਿਟੀਜ਼ ਵਿੱਚ ਕੁਛ ਇਹੋ ਜਿਹੇ ਕੋਰਸਿਸ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਲੋ ਹੈ ਫਸਟ ਈਅਰ ਦੀ, ਸੈਕਿੰਡ ਈਅਰ ਬੱਚਾ ਪੜ੍ਹ ਕੇ ਉਹਨੂੰ ਕਲਾਸਿਸ ਦੇ ਦਿੰਦੇ ਆ, ਇਕੁਇਵਲੈਂਟ ਟੂ SPP ਚਲਾ ਜਾਂਦਾ। ਹੁਣ ਉਸ ਦੇ ਵਿੱਚ ਉਹ ਰਾਈਟਿੰਗ ਦੇ ਵਿੱਚ 5.5 ਬੈਂਡ ਤੋਂ ਘੱਟ ਐਕਸੈਪਟ ਨਹੀਂ ਕਰਦੇ, ਪਹਿਲੀ ਗੱਲ। ਦੂਜੀ ਚੀਜ਼, ਅਗਰ ਤੁਸੀਂ ਡਿਗਰੀ 'ਤੇ ਜਾਣ ਦੇ ਇੱਛੁਕ ਹੋ ਜਾਂ 2 ਸਾਲ ਦਾ ਡਿਪਲੋਮਾ ਲੈਣ ਦੇ ਇੱਛੁਕ, ਯਾਨੀ 2 ਸਾਲ ਤੋਂ ਉੱਤੇ ਤੁਹਾਡਾ ਸਟੱਡੀ ਦਾ ਪ੍ਰੋਗਰਾਮ ਹੈ ਜੀ, ਤਾਂ ਤੁਸੀਂ ਜਰਨਲ ਦੇ ਵਿੱਚ ਫਾਈਲ ਲਵਾਓ 2 ਸਾਲ ਤੋਂ ਉੱਪਰ, ਵਾਈਸ ਹੋ, ਕਿਉਂਕਿ ਜਰਨਲ ਦੇ ਵਿੱਚ ਅੰਬੈਸੀ ਤੁਹਾਨੂੰ ਵੀਜ਼ਾ ਕਿਉਂ ਦੇਗੀ, ਵਾਏ ਅੰਬੈਸੀ ਤੁਹਾਨੂੰ ਯੂਨੀਵਰਸਿਟੀਜ਼ ਦੇ ਵਿੱਚ ਵੀਜ਼ਾ ਦੇਗੀ ਜਾਂ ਉਸ ਕਾਲਜਿਸ ਦੇ ਵਿੱਚ ਵੀਜ਼ਾ ਦੇਗੀ ਜੇ ਤੁਹਾਡੀ ਕਮਿਟਮੈਂਟ ਯੂਨੀਵਰਸਿਟੀਜ਼ ਜਾਂ ਕਾਲਜ ਦੇ ਨਾਲ 2 ਔਰ ਅਬਵ 2 ਈਅਰ ਦੀ ਹੈ, ਯਾਨੀ ਜਾਂ ਤੁਸੀਂ 4 ਸਾਲ ਦੀ ਡਿਗਰੀ ਲਓ ਜਾਂ 2+ ਦਾ ਕੋਪ ਅਪ ਪ੍ਰੋਗਰਾਮ ਲਓ, ਤਾਂ ਤੁਹਾਡਾ ਵੀਜ਼ਾ ਜੋ ਹੈ ਸਕਸੈਸ ਰੇਟ ਆਏਗਾ ਜੀ। ਤੀਜੀ ਚੀਜ਼, ਸਟੇਟਮੈਂਟ ਆਫ ਪਰਪਸ, ਜਰਨਲ ਦੀ ਜੋ ਬੈਕਬੋਨ ਹੈ, ਅਗਰ ਤੁਸੀਂ ਸਟੇਟਮੈਂਟ ਆਫ ਪਰਪਸ, ਤੁਹਾਡੀ ਕੰਸਲਟੈਂਸੀ ਤੁਹਾਨੂੰ ਕੋਲ ਬਿਠਾ ਕੇ ਲਿਖਾਉਣ ਦੀ ਕੈਪੇਬਿਲਿਟੀ ਰੱਖਦੀ ਹੈ, ਔਰ ਸਟੇਟਮੈਂਟ ਆਫ ਪਰਪਸ ਵਿੱਚ ਤੁਹਾਡੇ ਕੋਲ ਇਹੋ ਜਿਹੇ ਤੱਥ ਹੈਗੇ ਜਿਸ ਤੱਥ ਦੇ ਆਧਾਰ 'ਤੇ ਤੁਸੀਂ ਵੀਜ਼ਾ ਲੈ ਸਕਦੇ ਹੋ, ਅਤੇ 100% ਜੋ ਜਨਰਲ ਕੈਟੇਗਰੀ ਤੁਹਾਡਾ ਵੀਜ਼ਾ ਜੋ ਹੈ ਕਿਸ ਤਰ੍ਹਾਂ ਦੇ ਥਰੂ ਹੋ ਜਾਂਦਾ। ਤੁਸੀਂ ਕਹਿ ਰਹੇ ਹੋ ਕੋਈ 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 ਉਹਦੀ ਲਾਈਫ ਦੀ ਸਟੋਰੀ ਨਹੀਂ, ਟੈਕਨੀਕਲੀ ਫਸਟ ਆਫ ਆਲ ਇਸ ਦੇ ਵਿੱਚ ਕੀ ਆ ਜਾਂਦਾ, ਤੁਹਾਡਾ ਫਾਈਨੈਂਸ਼ੀਅਲ ਸਟੇਟਸ, ਕਿਉਂਕਿ ਸਭ ਨੂੰ ਪਤਾ ਕਿ ਜਰਨਲ 'ਚ ਫੰਡ ਸ਼ੋ ਹੁੰਦੇ ਆ, ਫੰਡ ਅਸੀਂ ਆਪਣੇ ਸਮਾਜ ਦੇ ਵਿੱਚ ਕਿੱਥੋਂ ਵੀ ਕਿੰਨੇ ਵੀ ਬੋਰੋ ਕਰ ਸਕਦੇ ਹਾਂ, ਕੋਈ ਵੱਡੀ ਪ੍ਰੋਬਲਮ ਨਹੀਂ, ਇਹ ਸਭ ਨੂੰ ਪਤਾ, ਕੋਈ 10-15 ਲੱਖ ਦੀ ਗੱਲ ਨਹੀਂ। ਸਾਡੇ ਪਰਿਵਾਰ, ਸਾਡੇ ਮਿੱਤਰ ਇੰਡੀਆ ਦੇ ਵਿੱਚ ਕੋਈ 5-10-20-50 ਲੱਖ ਵੀ ਕੈਰੀ ਕੀਤਾ ਜਾ ਸਕਦਾ, ਬਟ ਉਹ ਪੈਸੇ ਤੁਹਾਡੇ ਨੇ, ਇਹ ਅੰਬੈਸੀ ਨੂੰ ਸ਼ੋਅ ਕਰਨਾ ਇੱਕ ਟਾਰਗੇਟ ਹੈ। ਹੁਣ ਤੁਸੀਂ ਆਪਣੇ ਬੈਂਕ ਦੇ ਵਿੱਚ ਪਾਉਣਾ ਕਾਫੀ ਨਹੀਂ ਹੈ ਜਾਂ ਉਹਨਾਂ ਨੂੰ ਇਹ ਮਤਲਬ ਸਿੱਧ ਕਰਨਾ ਪਏਗਾ ਕਿ ਤੁਹਾਡੀ ਆਮਦਨੀ ਇੰਨੀ ਹੈ? ਬਿਲਕੁਲ, ਇਹ ਸਿੱਧ ਕਰਨਾ ਪਏਗਾ ਜਰਨਲ ਦੇ ਵਿੱਚ ਕਿ ਤੁਹਾਡੀ ਆਮਦਨੀ ਹੈ। ਅਗਰ ਇਹ ਤੁਸੀਂ ਸਿੱਧ ਕਰ ਸਕਦੇ ਹੋ, ਇਹ ਸਟੇਟਮੈਂਟ ਆਫ ਪਰਪਸ ਵਿੱਚ ਲਿਖ ਸਕਦੇ ਹੋ ਕਿ ਹਾਂ ਮੈਂ ਜੋ ਮੈਨੂੰ ਸਪੋਂਸਰ ਕਰ ਰਹੇ ਨੇ, ਮੇਰੇ ਫਾਦਰ ਜਾਂ ਜੋ ਬੰਦੇ ਮਿਲ ਕੇ ਸਪੋਂਸਰ ਕਰ ਰਹੇ ਨੇ, ਉਹਨਾਂ 'ਤੇ ਨੰਬਰ ਆਫ ਡਿਪੈਂਡੈਂਟਸ
ਘੱਟ ਨੇ ਉਹ ਮੈਂ ਜੋ ਪ੍ਰਾਇਓਰਟੀ ਬੇਸ ਤੇ ਉਹਨਾਂ ਦਾ ਡਿਪੈਂਡੈਂਟ ਆ ਤੇ ਮੇਰੇ ਤੇ ਲਾਉਣ ਲਈ ਇੰਨੀ ਇਨਕਮ ਅਵੇਲੇਬਲ ਹੈ ਜੀ। ਅਗਰ ਇਹ ਸਾਰੀ ਚੀਜ਼ਾਂ ਪ੍ਰੂਵ ਕਰ ਸਕਦੇ ਹੋ ਤੇ ਡੈਫੀਨੇਟਲੀ ਤੁਹਾਡਾ ਜਰਨਲ ਦੇ ਵਿੱਚ ਵੀਜ਼ਾ ਆ ਜਾਏਗਾ ਜੀ। ਹੁਣ ਸੈਕਿੰਡਲੀ ਆ ਜਾਓ, ਅਗਰ ਤੁਸੀਂ ਡਿਪਲੋਮਾ ਲੈ ਕੇ ਜਾਣਾ ਚਾਹੁੰਦੇ ਹੋ, ਤੁਹਾਡਾ ਕੋਰਸ ਤੁਸੀਂ ਜ਼ਿਆਦਾ ਲੰਬਾ ਪੜ੍ਹਨ ਦੇ ਇੱਛੁਕ ਨਹੀਂ ਹੋ, ਫੰਡਿੰਗ ਤੁਹਾਡੇ ਕੋਲ ਪੁਰਾਣੀ ਨਹੀਂ ਹੈ, ਇਨਕਮ ਸੋਰਸ ਤੁਹਾਡੇ ਕੋਲ ਸੋਲਿਡ ਨਹੀਂ ਹੈ, ਫਿਰ ਤੁਹਾਨੂੰ ਰੀਟ੍ਰਾਈ ਕਰ ਲੈਣਾ ਚਾਹੀਦਾ। ਓਕੇ, ਫਿਰ ਤੁਹਾਨੂੰ ਜਰਨਲ ਦੇ ਵਿੱਚ ਜਿੰਨੇ ਪਿੱਲਰ ਨੇ ਉਹਨੂੰ ਦੇਖ ਲਓ ਕਿ ਕਿਹੜਾ ਮਜ਼ਬੂਤ ਹੈਗਾ, ਜੇ ਤਕਰੀਬਨ ਜ਼ਿਆਦਾਤਰ ਮਜ਼ਬੂਤ ਹੈ ਫਿਰ ਟਰਾਈ ਕਰ ਲਿਓ। ਆਸਟ੍ਰੇਲੀਆ ਵਾਲਾ ਫੰਡਾ ਜਿਹੜਾ ਹੈਗਾ ਸੇਮ ਸੇਮ ਸੇਮ। ਦੋ ਕੁਐਸਚਨ ਤਿੰਨ ਹੋਰ ਮੈਂ ਕੈਨੇਡਾ ਸੰਬੰਧੀ ਕਰੂੰਗਾ ਇਸ ਵਕਤ। ਇੱਕ ਵਿਦਿਆਰਥੀਆਂ ਲਈ ਮੈਂ ਇਨਫੋਰਮੇਸ਼ਨ ਆਪਣੇ ਵੱਲੋਂ ਦਊਂਗਾ ਜਾਂ ਸਾਡੇ ਐਕਸਪਰਟ ਵੱਲੋਂ ਦਊਂਗਾ ਜਾਂ ਟੀ ਵੀ ਚੈਨਲ ਦੀ ਇਸ ਟੀਮ ਵੱਲੋਂ ਦਊਂਗਾ, ਦੇਸ਼ ਪ੍ਰਦੇਸ਼ ਵੱਲੋਂ ਦਊਂਗਾ ਜਾਂ ਕੋਈ ਕਿਸੇ ਚੀਜ਼ ਵੱਲੋਂ ਮੰਨ ਲਓ। ਗੌਰਵ ਜੀ, ਬਹੁਤ ਵਿਦਿਆਰਥੀ ਵਰਗ ਜਿਹੜਾ ਪੀ ਜੀ 'ਚ ਜਾ ਰਿਹਾ, ਬੀ ਟੈਕ ਤੋਂ ਬਾਅਦ ਕਿਸੇ ਵੀ ਗ੍ਰੈਜੂਏਸ਼ਨ ਤੋਂ ਬਾਅਦ ਪੀ ਜੀ ਦੇ ਵਿੱਚ ਜਾ ਰਿਹਾ, ਉੱਥੇ ਜਾ ਕੇ ਪਤਾ ਲੱਗਦਾ ਜੀ ਮੇਰਾ ਕੋਰ ਜਿਹੜਾ ਕਾਲਜ ਹੈ ਦੂਰ ਹੈ, ਜਾ ਕੇ ਰਿਸ਼ਤੇਦਾਰ ਨੇ ਬੁਲਾ ਲਿਆ ਕਿਸੇ ਦੇ ਝਾਂਸੇ 'ਚ ਆ ਗਏ ਕਿ ਮੈਂ ਕਾਲਜ ਚੇਂਜ ਕਰਨਾ। ਕਾਲਜ ਚੇਂਜ ਕਰਨਾ ਗਲਤ ਤਾਂ ਹੀ ਹੈ, ਇੱਕ ਕਾਲਜ ਜਿਹੜਾ ਬੇਤੁਕਾ ਚੇਂਜ ਕਰਨਾ, ਬੇਤੁਕਾ ਮੈਂ ਇਸ ਕਰਕੇ ਕਹਿ ਰਿਹਾ ਕਿ ਪੀ ਜੀ ਹੈ ਪੋਸਟ ਗ੍ਰੈਜੂਏਟ ਲੈਵਲ ਦਾ ਜਿਹੜਾ ਕੋਰਸ ਹੈਗਾ ਉਹ ਹੈ, ਉਹਨੂੰ ਛੱਡ ਕੇ ਪੋਸਟ ਸੈਕੰਡਰੀ ਦੇ ਵਿੱਚ ਲੈ ਲੈਂਦੇ ਨੇ, ਬਿਲਕੁਲ ਪਲੱਸ ਟੂ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਕਰ ਦਿੰਦੇ ਨੇ। ਉਹਨਾਂ ਲਈ ਇੱਕ ਇਨਫੋਰਮੇਸ਼ਨ ਜਿਹੜੀ ਹੈ ਅੰਦਰੂਨੀ ਹੈ ਕਿ 2 ਸਾਲ ਬਾਅਦ ਜਾਂ 1.5 ਸਾਲ ਬਾਅਦ ਜਾਂ ਸਾਲ ਬਾਅਦ ਇੱਕ ਕਾਨੂੰਨ ਚੇਂਜ ਹੋਣ ਦੀ ਸੰਭਾਵਨਾ ਕੈਨੇਡਾ ਦੇ ਵਿੱਚ ਕਿ ਜਿਨ੍ਹਾਂ ਨੇ ਆਪਣੀ ਪੀ ਜੀ ਲੈਵਲ ਦੀ ਪੜ੍ਹਾਈ ਛੱਡ ਕੇ ਦੁਬਾਰਾ ਪਲੱਸ ਟੂ ਤੋਂ ਬਾਅਦ ਆਪਣੀ ਪੜ੍ਹਾਈ ਸ਼ੁਰੂ ਕੀਤੀ, ਪੋਸਟ ਸੈਕੰਡਰੀ ਲਈ ਜਿਨ੍ਹਾਂ ਨੇ ਜਾ ਕੇ ਇੱਥੋਂ ਵੀਜ਼ਾ ਨਹੀਂ ਸੀ ਮਿਲਦਾ ਉੱਥੇ ਜਾ ਕੇ ਚੇਂਜ ਕਰਾ ਲਿਆ ਕਿਸੇ ਹੋਰ ਕਾਲਜ ਦੇ ਵਿੱਚ, ਉਹਨਾਂ ਨੂੰ ਵਰਕ ਪਰਮਿਟ ਦੀ ਦਿੱਕਤ ਆਉਣ ਦੀ ਸੰਭਾਵਨਾ ਹੈਗੀ ਹੈ। ਸੋ ਪਹਿਲੀ ਗੱਲ ਤਾਂ ਚੇਂਜ ਨਾ ਕਰੋ, ਜੇ ਕਰਨਾ ਤਾਂ ਸੇਮ ਲੈਵਲ ਦੇ ਵਿੱਚ ਦਾਖਲ ਕਰ ਲੈਣਾ ਚਾਹੀਦਾ। ਤੁਹਾਡੇ ਕੀ ਟਿੱਪਣੀ ਇਸ ਮਾਮਲੇ 'ਚ? ਦੇਖੋ ਰਣਬੀਰ ਜੀ, ਸਾਡਾ ਮੈਕਸੀਮਮ ਬੱਚਾ, ਮੈਂ ਬਹੁਤ ਸੇ ਬੱਚਿਆਂ ਦੇ, ਕਿਉਂਕਿ ਦੇਖੋ ਮੈਂ ਬਹੁਤ ਸਾਲਾਂ ਤੋਂ ਇਸ ਇੰਡਸਟਰੀ ਨਾਲ ਜੁੜਿਆ, ਮੇਰੇ ਬਹੁਤ ਸੇ ਸੈੱਲ ਕੈਨੇਡਾ ਦੇ ਵਿੱਚ ਵੀ ਨੇ, ਮੈਂ ਟਾਈਮ ਟੂ ਟਾਈਮ ਉੱਥੋਂ ਦੇ ਬੱਚੇ ਸਾਡੇ ਕਿੱਥੇ ਪਹੁੰਚ ਗਏ, ਕਿਸ ਲੈਵਲ 'ਤੇ ਪਹੁੰਚ ਗਏ, ਸਾਰੀ ਅਪਡੇਟਸ ਆਉਂਦੀਆਂ ਰਹਿੰਦੀਆਂ, ਬੱਚੇ ਜੁੜੇ ਰਹਿੰਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਥਰੂ, ਫੋਨ ਥਰੂ ਸਾਰੇ। ਸਭ ਤੋਂ ਵੱਡੀ ਪ੍ਰੋਬਲਮ ਬੱਚਿਆਂ ਨੂੰ ਇਹ ਹੈ ਕਿ ਬੱਚਿਆਂ, ਜਾਂ ਤਾਂ ਸਾਡਾ ਬੱਚਾ ਉੱਥੇ ਪਹਿਲੇ ਇੱਥੋਂ ਸੋਚ ਕੇ ਜਾਏ, ਕੰਸਲਟੈਂਸੀ ਨੂੰ ਦੱਸ ਕੇ ਜਾਏ ਕਿ ਮੇਰੀ ਪ੍ਰਾਇਓਰਿਟੀ ਇਹ ਹੈ, ਮੈਨੂੰ ਇਸ ਹਿਸਾਬ ਨਾਲ ਪ੍ਰੋਵਿੰਸ ਦਿਓ। ਕਿਉਂਕਿ ਜਦੋਂ ਉਹ ਕੁਛ ਕੈਨੇਡਾ ਵਿੱਚ ਕੁਛ ਪ੍ਰੋਵਿੰਸਿਸ ਵਿੱਚ ਪੰਜਾਬੀ ਇੰਨੇ ਜ਼ਿਆਦਾ ਨੇ ਕਿ ਸਾਡੇ ਬੱਚਿਆਂ ਨੂੰ ਓਲਡ ਟਾਈਮਸ 'ਤੇ ਕੰਮ ਨਹੀਂ ਮਿਲਦਾ। ਓਕੇ, ਦੂਜੀ ਚੀਜ਼ ਜਦੋਂ ਔਰ ਜੌਬ ਹੀ ਨਹੀਂ ਮਿਲਦੀ ਹੈ ਕਿ ਸੇਮ ਫੀਲਡ 'ਚ ਚਾਹੀਦੀਆਂ, ਰੈਲੇਵੈਂਸ ਚਾਹੀਦੀ। ਦੂਜੀ ਚੀਜ਼, ਜਦੋਂ ਸਾਡਾ ਬੱਚਾ ਉੱਥੇ ਜੌਬ ਲੈਣ ਜਾਂਦਾ, ਉਹਨੂੰ ਇਹ ਦੋ ਗੱਲਾਂ ਪੁੱਛੇ ਜਾਂਦੇ ਨੇ ਕਿ ਯੂ ਹੈਵ ਐਨੀ ਕੈਨੇਡੀਅਨ ਕੁਆਲੀਫਿਕੇਸ਼ਨ, ਬੱਚੇ ਕੋਲ ਨਹੀਂ ਆ ਸ਼ੁਰੂ ਕਰ ਰਿਹਾ, ਕਿ ਯੂ ਹੈਵ ਐਨੀ ਕੈਨੇਡੀਅਨ ਵਰਕ ਐਕਸਪੀਰੀਅੰਸ, ਦੋਨੋਂ ਚੀਜ਼ਾਂ ਨਹੀਂ। ਹੁਣ ਬੱਚਾ ਇਹ ਸੋਚਦਾ ਹੈ ਕਿ ਮੈਂ 5 ਦਿਨ ਇੱਕ ਕਾਲਜ ਵਿੱਚ ਜਾ ਰਿਹਾ, ਮੈਂ ਸਿਰਫ ਇੱਥੋਂ ਘਰੋਂ ਪੈਸੇ ਚੱਕ ਕੇ ਮੰਗ ਕੇ ਬੋਰੋ ਕਰਕੇ ਜਾਂ ਕਿੱਦਾਂ ਵੀ ਇਕੱਠੇ ਕਰਕੇ 6 ਮਹੀਨੇ ਦੀ ਫੀਸ ਤਾਰ ਕੇ ਆਇਆ, ਅਗਲੇ 6 ਮਹੀਨੇ ਦੀ ਫੀਸ ਮੈਂ ਘਰੋਂ ਨਹੀਂ ਮੰਗ ਸਕਦਾ, ਮੈਂ ਤਾਰਨੀ ਹੈ। ਇਸ ਪ੍ਰੈਸ਼ਰ ਦੇ ਹੇਠ ਸਾਡਾ ਬੱਚਾ $1,000-$2,000 ਵਾਲਾ ਕਾਲਜ ਚੇਂਜ ਕਰ। ਇਹ ਤਾਂ ਵਰਲਡ ਵਾਈਡ ਫਨੋਮਨਾ ਇਸ ਵਕਤ ਕਿ ਅਸੀਂ ਇਹ ਸੋਚਣ ਲੱਗ ਗਏ ਕਿ ਕਿਸੇ ਵੀ ਦੇਸ਼ 'ਚ ਜਾਵਾਂਗੇ, ਇੱਕ ਸਮੈਸਟਰ ਦੀ ਫੀਸ ਜਾਂ 6 ਮਹੀਨੇ ਦੀ ਫੀਸ ਅਸੀਂ ਲੈ ਕੇ ਜਾਵਾਂਗੇ, ਬਾਕੀ ਨਿਕਲ ਜੂਗੀ। ਮੈਂ ਮਤਲਬ ਥੋੜ੍ਹਾ ਜਿਹਾ ਡਿਫਰ ਕਰੂੰਗਾ ਇਸ ਚੀਜ਼ ਦੇ ਨਾਲ ਕਿ ਬੱਚਿਆਂ ਨੂੰ ਆਪਣੇ ਮਾਂ ਬਾਪ ਨੂੰ ਕਹਿਣਾ ਚਾਹੀਦਾ ਕਿ ਮੇਰੀ 1 ਸਾਲ ਤੱਕ ਦੀ ਜਾਂ ਪੂਰੀ ਪੜ੍ਹਾਈ ਦਾ ਅਰੇਂਜਮੈਂਟ ਕਰੋ, ਫਿਰ ਮੈਂ ਪੜ੍ਹੂੰਗਾ, ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ, ਵਾਈਟ ਕਾਲਰ ਜੌਬ ਲੈ ਸਕਦੇ ਹੋ। ਜਿਹੜੇ ਗੌਰਵ ਜੀ ਨੇ ਮੁੱਦਾ ਉਠਾਇਆ ਨਾ, ਇਹਨੂੰ ਥੋੜ੍ਹਾ ਗੰਭੀਰਤਾ ਨਾਲ ਸੋਚੋ ਜ਼ਰਾ 2 ਮਿੰਟ। ਦੋ ਚੀਜ਼ਾਂ ਦਾ ਪ੍ਰੈਸ਼ਰ ਪੈ ਗਿਆ, ਬਿਲਕੁਲ, ਇੱਕ ਤਾਂ ਪੜ੍ਹਾਈ ਕੰਪਲੀਟ ਕਰਨੀ ਹੈ, ਸਹੀ ਢੰਗ ਦੀ ਕਰਨੀ ਹੈ, ਇੱਕ ਮਾਂ ਪਿਓ ਨੂੰ ਜਿਹੜਾ ਪੈਸਾ ਚੱਕ ਕੇ ਤੁਹਾਨੂੰ ਵਿਆਜ 'ਤੇ ਦਿੱਤਾ ਉਹਦੀਆਂ ਕਿਸ਼ਤਾਂ ਭਰਨੀਆਂ ਜਾਂ ਉਹਨੂੰ ਲਾਉਣਾ ਹੈਗਾ, ਦੋ ਚੀਜ਼ਾਂ ਪੈਰਲਲ ਕਿਵੇਂ ਹੋ ਜਾਣਗੀਆਂ? ਇੰਡੀਅਨ ਸਟੂਡੈਂਟਸ ਦੀ ਮੈਟੈਲਿਟੀ ਆਪਾਂ ਲੈ ਲਈਏ ਕਿ ਪਲੱਸ ਟੂ ਵਾਲਾ ਜਾਂ ਬੀ ਏ ਵਾਲਾ ਬੱਚਾ ਜਿਹੜਾ ਹੈਗਾ, ਕੀ ਉਹ 50,000 ਰੁਪਇਆ ਮਹੀਨਾ ਇੱਥੇ ਕਮਾਉਣ ਦੇ ਨਾਲ ਨਾਲ ਆਪਣੀ ਪੜ੍ਹਾਈ ਕਰ ਸਕਦਾ? ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਸੋ ਉੱਥੇ ਕਿਵੇਂ ਅਸੀਂ ਕਾਮਯਾਬ ਹੋ ਜਾਵਾਂਗੇ, ਇਸ ਚੀਜ਼ ਨੂੰ ਥੋੜ੍ਹੀ ਜਿਹੀ ਸਮਝਣ ਦੀ ਇਸ ਵਕਤ ਜ਼ਰੂਰਤ ਹੈ। ਔਰ ਜਿੱਥੇ ਰਣਬੀਰ ਜੀ ਵਰਕ ਕਲਚਰ ਸਾਡੇ ਇੰਡੀਅਨ ਵਰਕ ਕਲਚਰ ਤੋਂ ਬਿਲਕੁਲ ਡਿਫਰ ਹੈ, ਜਿੱਥੇ ਪ੍ਰੋਫੈਸ਼ਨਲਸ ਇੰਨੇ ਕੁ ਸਟਰੋਂਗ ਨੇ, ਜਿੱਥੇ ਗਲਤੀ ਦੀ ਕੋਈ ਸੰਭਾਵਨਾ ਹੀ ਨਹੀਂ। ਦੂਜੀ ਚੀਜ਼, ਜਿੱਥੇ ਉਹਨਾਂ ਨੂੰ ਤੁਹਾਡੇ ਤੋਂ ਪਿੱਛੇ ਗਏ ਹੋਏ ਬੱਚੇ PR ਲੈਣ ਦੇ ਚੱਕਰ ਵਿੱਚ ਤੁਹਾਡੇ ਤੋਂ ਘੱਟ ਪੈਸਿਆਂ 'ਤੇ ਕੰਮ ਕਰਨ ਨੂੰ ਰੈਡੀ ਨੇ। ਹੋਰ ਬਹੁਤ ਕੁਛ ਹੈ, ਬਹੁਤ ਸੇ ਬੱਚੇ ਸਾਡੇ ਉੱਥੇ ਜਾ ਕੇ ਕੁਛ ਸਮੇਂ ਬਾਅਦ ਹਰਾਸ਼ ਹੋ ਕੇ ਇਹ ਵੀ ਫੀਡਬੈਕ ਦੇਣ ਲੱਗ ਜਾਂਦੇ ਨੇ ਕਿ ਮੈਂ ਤਾਂ ਇੰਡੀਆ ਹੀ ਠੀਕ ਸੀ, ਐਟਲੀਸਟ ਮੇਰੇ 'ਤੇ 4 ਤਰਫਾ ਪ੍ਰੈਸ਼ਰ ਤਾਂ ਨਹੀਂ ਸੀ ਕਿ ਮੈਂ ਘਰ ਦੇ ਵੀ ਪੈਸੇ ਦੇਣੇ ਨੇ ਜਾਂ ਬਾਹਰ ਦਾ ਵੀ ਪੈਸੇ ਤਾਰਨੇ ਨੇ ਜਾਂ ਵਟਸਐਵਰ। ਇਸ ਲਈ ਮੈਂ ਬੱਚਿਆਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਜੋ ਤੁਹਾਡੀ ਕੰਸਲਟੈਂਸੀ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ
ਤੁਹਾਨੂੰ ਕਿੱਥੇ ਸੈਟਲ ਕਰਨ ਵਿੱਚ। ਅਸੀਂ ਬੱਚੇ ਨੂੰ ਬੁਲਾ ਕੇ, ਉਹਨਾਂ ਦੇ ਮਾਂ ਪਿਓ ਨੂੰ ਬੁਲਾ ਕੇ ਇੱਕ ਚੀਜ਼ ਜ਼ਰੂਰ ਐਨਾਲਾਈਜ਼ ਕਰਦੇ ਹਾਂ, ਮੈਂ ਮੇਰੀ ਟੀਮ, ਕਿ ਬੱਚੇ ਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ, ਇਹ ਅਸਲ 'ਚ ਉੱਥੇ ਕਿਹੜੀ ਪ੍ਰੋਵਿੰਸਿਸ ਵਿੱਚ ਸਟਰਗਲ ਕਰ ਸਕਦਾ। ਹੁਣ ਇੱਦਾਂ ਨਹੀਂ ਕਿ ਮੈਂ ਬੱਚੇ ਨੂੰ ਹੰਬਰ ਕਾਲਜ ਭੇਜਦਾ, ਲਾਈਕ ਹੰਬਰ ਕਾਲਜ ਚੰਡੀਗੜ੍ਹ ਦੇ 35 ਜਾਂ 37 ਸੈਕਟਰ ਵਿੱਚ ਆ, ਵਧੀਆ ਅਲੈਂਟੇਜ ਖੁੱਲ੍ਹਾ ਹੈ, ਕਾਲਜ ਹੈ, ਚਾਰੋ ਤਰਫ ਇੱਕ ਵਧੀਆ ਮਾਰਕੀਟ ਹੈ, ਪਰ ਉੱਥੇ ਸਾਡਾ ਬੱਚਾ ਸਰਵਾਈਵ ਨਹੀਂ ਕਰ ਪਾਉਂਦਾ, ਕਿਉਂਕਿ ਉੱਥੋਂ ਦੇ ਰਹਿਣ ਸਹਿਣ ਖਰਚਾ, ਉੱਥੋਂ ਦੇ ਲਿਵਿੰਗ ਕੋਸਟ ਐਕਸਪੈਂਸਿਸ ਜ਼ਿਆਦਾ ਮੋਟਾ ਜ਼ਿਆਦਾ ਹੈ। ਅਤੇ ਇਸ ਲਈ ਸਾਡੇ ਬੱਚਿਆਂ ਨੂੰ ਇਹ ਚਾਹੀਦਾ ਕਿ ਸਾਡਾ ਬੱਚਾ ਇੱਥੋਂ ਇੱਕ ਸਾਲ ਦੀ, ਬਿਲਕੁਲ ਰਣਬੀਰ ਜੀ ਦੇ ਮੁੱਦੇ ਤੋਂ ਮੈਂ ਸਹਿਮਤ ਹਾਂ ਕਿ ਇੱਕ ਸਾਲ ਦੀ ਫੀਸ, ਰਹਿਣ ਖਾਣ ਖਰਚਾ ਸਭ ਤਿਆਰੀਆਂ ਕਰਕੇ ਚਲਾ ਜਾਏ। ਦੂਜੇ ਸਾਲ ਦੀ ਵੀ ਕਹਿ ਕੇ ਜਾਓ ਘਰੇ ਵੀ, ਹੋ ਸਕਦਾ ਮੈਨੂੰ ਅੱਛੇ ਢੰਗ ਦੀ ਜੋਬ ਨਾ ਮਿਲੇ, ਪੜ੍ਹਨਾ ਮੈਂ, ਜਾਂ ਮੈਂ ਕਰਨਾ ਪਾਵਾਂ, ਜਾਂ ਮੈਨੂੰ ਸਮਾਂ ਨਾ ਮਿਲੇ, ਮੈਨੂੰ ਦੂਜੇ ਸਾਲ ਦਾ ਫੀਸ ਤਿਆਰ ਰੱਖਿਓ, ਤੁਸੀਂ ਕਾਮਯਾਬ ਹੋ। ਜਿਹੜੀ ਗੌਰਵ ਜੀ ਨੇ ਗੱਲ ਕੀਤੀ, ਜਦੋਂ ਪ੍ਰੈਸ਼ਰ ਹੁੰਦਾ ਨਾ ਕਿ ਘਰ ਦੇ ਪੈਸੇ ਤਾਰਨੇ, ਫਿਰ ਤੁਸੀਂ ਜਿਹੜੀ ਹੈਗੇ ਨਹੀਂ ਪੜ੍ਹ ਸਕਦੇ। ਕੁਛ ਹੋਰ ਜਰਨਲ ਜਾਂ SPP ਲਈ ਅਸੈਟਲਿੰਗ ਵੱਲੋਂ ਕੁਛ ਵਿਦਿਆਰਥੀਆਂ ਲਈ? ਮੈਂ ਸਪੈਸ਼ਲੀ ਇੱਕ ਬੱਚਿਆਂ ਨੂੰ ਗੱਲ ਕਰਨਾ ਚਾਹੁੰਦਾ ਕਿ ਨਵੇਂ ਅਨਐਕਸਪੀਰੀਅੰਸਡ ਕੰਸਲਟੈਂਸੀਸ ਤੋਂ ਬਚਣ ਦੀ ਜ਼ਰੂਰਤ ਹੈ। ਉਸਦਾ ਕਾਰਨ ਕੀ ਹੈ? ਹਮੇਸ਼ਾ ਜੋ ਜਰਨਲ ਜਾਂ ਆਪਣੇ ਆਪਣਾ ਫਾਇਦਾ ਦੇਖ ਕੇ ਜੋ ਬੰਦਾ ਤੁਹਾਨੂੰ ਪ੍ਰੋਡਕਟ ਪ੍ਰਮੋਟ ਕਰ ਰਿਹਾ, ਉਹ ਹਮੇਸ਼ਾ ਤੁਹਾਨੂੰ ਨੁਕਸਾਨ ਵੱਲ ਲੈ ਜਾਏਗਾ, ਕਿਉਂਕਿ ਉਸ ਬੰਦੇ ਦੀ ਟਰੈਵਲ ਹਿਸਟਰੀ ਨਹੀਂ ਹੈ, ਉਹਨੂੰ ਕਾਲਜ ਕਿਹੋ ਜਿਹਾ ਹੈ, ਉਹਦਾ ਇਨਫਰਾਸਟ੍ਰਕਚਰ ਕਿਹੋ ਜਿਹਾ ਹੈ, ਉਹਦੀ ਪਲੇਸਮੈਂਟ ਫੈਸਿਲਿਟੀ ਕਿਹੋ ਜਿਹੀ, ਉਹਨੂੰ ਨਹੀਂ ਪਤਾ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਮੈਂ ਪਹਿਲੇ ਵੀ ਸ਼ੇਅਰ ਕਰ ਚੁੱਕਿਆ, ਅਗਰ ਕੋਈ ਕੰਸਲਟੈਂਸੀ ਇੱਥੇ ਕਿਸੇ ਕਾਲਜ ਨੂੰ ਕਹਿੰਦੀ ਹੈ, ਹਾਲਾਂਕਿ ਉਹਨੇ ਉਹਨੂੰ ਬਿਜ਼ਨਸ ਦੇਣਾ ਹੈ ਕਿ ਮੈਂ ਤੁਹਾਨੂੰ 2-4-5 ਬੱਚੇ ਦਾਂਗਾ, ਮੈਨੂੰ ਟਾਈ ਅਪ ਦੇ ਦਿਓ, ਤਾਂ ਉਹ ਇੰਨਾ ਵੱਡਾ ਫੋਰਮ ਭੇਜਦੇ ਨੇ ਜਿਸ ਦੇ ਵਿੱਚ ਉਹ 4 ਜਾਂ 5 ਵੈਰੀਫਿਕੇਸ਼ਨ ਮੰਗਦੇ ਨੇ ਕਿ ਤੁਸੀਂ ਪਹਿਲੇ ਕਿਹੜੇ ਕਾਲਜਸ ਨਾਲ ਕੰਮ ਕਰ ਚੁੱਕੇ ਹੋ, ਤੁਸੀਂ ਕਿਸ ਲੈਵਲ ਦੇ ਸਟੂਡੈਂਟ ਪਹਿਲੇ ਭੇਜ ਚੁੱਕੇ ਹੋ। ਇਟ ਮੀਨਸ ਤੁਸੀਂ ਕਿਸੇ ਵੀ ਕੰਸਲਟੈਂਸੀ ਤੋਂ ਜਾਣ ਤੋਂ ਪਹਿਲੇ ਟਰੈਕ ਰਿਕਾਰਡ ਚੈੱਕ ਕਰ ਲਓ ਕਿ ਉਹ ਕੰਸਲਟੈਂਸੀ ਪਿਛਲੇ ਕਿੰਨੇ ਸਾਲਾਂ ਤੋਂ ਕੰਟਰੀ ਕਰ ਰਹੀ ਹੈ। ਇੱਦਾਂ ਤਾਂ ਨਹੀਂ ਕਿ ਅੱਜ ਤੋਂ 2 ਮਹੀਨੇ ਪਹਿਲੇ ਉਹ ਸਾਈਪ੍ਰਸ ਦੇ ਐਕਸਪਰਟ ਸੀ, ਫਿਰ ਸਿੰਗਾਪੁਰ ਦੇ ਹੋ ਗਏ, ਉਸ ਤੋਂ ਬਾਅਦ ਅੱਜ ਪਤਾ ਲੱਗਿਆ ਕਿ ਸਿੰਗਾਪੁਰ ਜਾਂ ਸਾਈਪ੍ਰਸ ਇੰਟਰਵਿਊ ਹੋ ਗਈ, ਅੱਜ ਕੈਨੇਡਾ ਦੇ ਐਕਸਪਰਟ ਬਣ ਗਏ। ਇੱਦਾਂ ਤਾਂ ਨਹੀਂ ਹੈ ਕਿ ਆਪਣੀ ਲੈਵਲ ਦਾ ਇਨਫਰਾਸਟ੍ਰਕਚਰ, ਆਪਣੀ ਲੈਵਲ ਦੀ ਐਕਸਪਰਟਾਈਜ਼ ਹੈਗੀ ਹੈ ਜਾਂ ਨਹੀਂ ਹੈਗੀ। ਇਹ ਸਾਰੀ ਚੀਜ਼ ਦੇਖ ਕੇ ਰਣਬੀਰ ਜੀ ਬੱਚੇ ਨੂੰ ਡਿਸੀਜ਼ਨ ਲੈਣਾ ਚਾਹੀਦਾ ਕਿ ਡਾਇਰੈਕਟ ਰੀਪ੍ਰਜੈਂਟੇਸ਼ਨਸ ਵਾਲੇ ਕੰਸਲਟੈਂਸੀ ਹੀ ਉਹਨਾਂ ਕੋਲ ਬੈਨੀਫਿਟ ਹੈ, ਕਿਉਂਕਿ ਜੋ ਨੌਲੇਜ, ਜੋ ਸਿਸਟਮ ਡਾਇਰੈਕਟ ਵਿੱਚ ਹੈ, ਅਪਡੇਸ਼ਨ ਵੀ ਰਹਿੰਦੀ ਹੈ, ਅਪਡੇਸ਼ਨ ਹੈ, ਉਸ ਉਹ ਫਾਈਲ ਰੋਟੇਸ਼ਨ ਵਿੱਚ ਨਹੀਂ ਹੋ ਸਕਦਾ। ਔਰ ਹਮੇਸ਼ਾ ਫਾਈਲ ਰੋਟੇਸ਼ਨ ਵਿੱਚ SPP ਵਿੱਚ ਵੀ ਬੱਚੇ ਰਿਫਿਊਜ਼ ਹੁੰਦੇ ਨੇ। ਉਹਦਾ ਕਾਰਨ, ਕਈ ਵਾਰ ਬੱਚਾ ਸਾਨੂੰ ਕਹਿੰਦਾ ਮੇਰਾ ਕੋਰਸ ਵੀ ਠੀਕ ਸੀ, ਮੈਂ ਟਾਈਮ 'ਤੇ ਵੀ ਲਾਇਆ, ਮੇਰਾ ਵੀਜ਼ਾ ਕਿਉਂ ਰਿਫਿਊਜ਼ ਹੋ ਗਿਆ? ਉਸਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਹੈ ਕਿ ਜੋ ਕਾਉਂਸਲਰ ਤੁਹਾਡਾ ਫਾਈਲ ਭਰ ਰਹੀ ਹੈ, ਤੁਸੀਂ ਉਹਨੂੰ ਕਿਹਾ, ਉਹਨੇ ਤੁਹਾਨੂੰ ਪੁੱਛਿਆ ਤੁਹਾਡੀ ਇਨਕਮ ਕਿੰਨੀ ਹੈ, ਤੁਸੀਂ ਕਿਹਾ ਜੀ ਮੇਰੇ ਫਾਦਰ ਦੀ ਇਨਕਮ 3 ਲੱਖ ਸਾਲਾਨਾ ਹੈ, ਉਹਨੇ 3 ਲੱਖ ਸਾਲਾਨਾ ਹੀ ਭਰਤੀ। ਹੁਣ ਅੰਬੈਸੀ ਜਦੋਂ ਤੁਹਾਡਾ ਤੁਹਾਡਾ ਫੋਰਮ ਐਨਾਲਾਈਜ਼ ਕਰਦੀ ਹੈ, ਉਹ ਕਹਿੰਦੀ ਹੈ ਕਿ 10,000 ਤਾਂ ਲੈ ਕੇ ਜਾ ਰਿਹਾ, ਇਨਕਮ 3 ਲੱਖ ਹੈ, ਡਿਪੈਂਡੈਂਟ 4 ਨੇ, ਇਹ ਅਗਲੇ ਸਾਲ ਦੀ ਫੀਸ ਕਿਵੇਂ ਭਰੇਗਾ? ਟੈਕਨੀਕਲੀ ਤਾਂ ਮਤਲਬ ਸਿਸਟਮ ਵਿਗੜ ਗਿਆ ਨਾ। ਉਹਨੇ ਤਾਂ ਲਿਖਤਾ, ਉਹਨੇ ਤੁਹਾਡੇ ਫੰਡਿੰਗ, ਤੁਹਾਡੀ ਪਲੈਨਿੰਗ ਅਤੇ ਤੁਹਾਡੀ ਇਨਕਮ ਵਿੱਚ ਰੈਲੇਵੈਂਸੀ ਨਹੀਂ ਦਿਖਾ ਪਾਈ। ਔਰ ਇੱਕ ਮਾਈਨਰ ਜੀ ਮਿਸਟੇਕ ਦੱਸ ਰਿਹਾ, ਜੋ ਮਾਈਨਰ ਜੀ ਮਿਸਟੇਕ ਮੈਕਸੀਮਮ SPP ਦੇ ਬੱਚਿਆਂ ਨਾਲ ਹੁੰਦੀ ਹੈ, ਔਰ ਬੱਚੇ ਰਿਫਿਊਜ਼ ਹੋ ਜਾਂਦੇ ਨੇ, ਔਰ ਅੱਛੇ ਪਿੰਡ ਵਾਲੇ ਬੱਚੇ, ਅੱਛੇ ਪ੍ਰੋਫਾਈਲ ਵਾਲੇ ਬੱਚਾ। ਬਹੁਤ ਸਾਡੇ ਕੋਲ ਬੱਚੇ ਆਉਣ ਲੱਗ ਗਏ ਹੁਣ ਦਫ਼ਤਰ, ਇੱਥੇ ਰਿਫਿਊਜ਼ਲ ਹੋਏ ਜਾਂ ਫਰੈਸ਼ਰਸ, ਕੀ ਕਰੀਏ ਜੀ, ਕਿੱਥੇ ਜਾਈਏ, ਕਿਹੜਾ ਕੰਸਲਟੈਂਟ ਚੁਣੀਏ? ਬੜਾ ਦੁੱਖ ਹੋਇਆ ਪਹਿਲੇ ਇੱਕ ਬੱਚੇ ਦਾ ਕਿ 54% ਨੰਬਰ ਸੀ, ਮੈਡੀਕਲ ਬੱਚਾ ਸੀਗਾ, 7.5 ਬੈਂਡ ਉਹਦੇ ਰਿਫਿਊਜ਼ਲ ਆ ਗਏ। ਉਹਦਾ ਕਾਰਨ ਸੀ ਕਿ ਜਦੋਂ ਪਰਸੈਂਟੇਜ ਲੋ ਹੈ, ਕੰਸਲਟੈਂਟ ਨੂੰ ਪਤਾ ਸੀ ਕਿ ਮੈਨੂੰ ਜਰਨਲ ਕੋਰਸ ਦਿੱਤਾ, ਉਹਨੂੰ ਸਪੈਸ਼ਲਾਈਜ਼ਡ ਕੋਰਸ ਦਿੱਤਾ ਲੈਬ ਟੈਕਨੀਸ਼ੀਅਨ ਦਾ, 53% ਦੇ ਨੰਬਰ ਹੀ ਘੱਟ ਨੇ। ਸਪੈਸ਼ਲਾਈਜ਼ਡ ਕੋਰਸ ਕਿਵੇਂ ਉਹ ਕਰ ਪਾਏਗੀ, ਕਿਵੇਂ ਉਹਨੂੰ ਵੀਜ਼ਾ ਮਿਲੇਗਾ? ਉਹਨੂੰ ਜਰਨਲ ਪ੍ਰੋਗਰਾਮ ਦੇਣਾ ਸੀ, ਠਾਹ ਦੇ ਕੇ ਵੀਜ਼ਾ ਲੱਗ ਜਾਣਾ ਸੀ, ਬੱਚਾ ਰੋਲ ਕੇ ਰੱਖਤਾ, ਹੁਣ ਦੁਬਾਰਾ ਸ਼ਾਇਦ ਉਹਦਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਛੋਟੀਆਂ ਗਲਤੀਆਂ, ਇਹਨਾਂ ਤੋਂ ਬਚਣ ਵਾਸਤੇ ਆਪਣਾ ਚੰਗਾ ਕੰਸਲਟੈਂਟਸ ਚੁਣੋ, ਹਰ ਇੱਕ ਸਵਾਲ ਪੁੱਛੋ। ਤੁਹਾਡਾ ਕੋਈ ਵੀਕ ਪੁਆਇੰਟ ਹੈ, ਪਰਸੈਂਟੇਜ ਲੋ ਹੈ, ਬੈਂਟ ਲੋ ਹੈ, ਪ੍ਰੈਕਟੀਕਲ 'ਚ ਜ਼ਿਆਦਾ ਨੇ, ਥਿਊਰੀ 'ਚ ਘੱਟ ਹੈ, ਉਹਨਾਂ ਨੂੰ ਹਰ ਚੀਜ਼ ਪੁੱਛੋ, ਕੌਪ ਅਪ ਬਾਰੇ ਪੁੱਛੋ, PNP ਬਾਰੇ ਪੁੱਛੋ। ਜਦੋਂ ਸਵਾਲ ਪੁੱਛੋਗੇ ਤੁਹਾਨੂੰ ਥੋੜ੍ਹਾ ਜਿਹਾ ਇਲਮ ਹੋ ਜਾਊਗਾ ਕਿ ਕੰਸਲਟੈਂਟਸ ਦਾ ਲੈਵਲ ਜਿਹੜਾ ਹੈਗਾ ਕਿੱਥੇ ਖੜਾ ਹੈਗਾ। USA ਬਾਰੇ ਮੈਂ ਪੁੱਛਣਾ ਚਾਹੂੰਗਾ ਜੀ, USA ਦੇ ਬੱਚੇ ਨੇ, ਦੋ ਤਿੰਨ ਨੇ ਉੱਤਰਾਖੰਡ ਔਰ ਦਿੱਲੀ ਤੋਂ ਮੈਨੂੰ ਫੇਸਬੁੱਕ 'ਤੇ ਸਪੈਸ਼ਲੀ ਮੈਸੇਜ ਕੀਤਾ ਜੀ ਕਿ ਤੁਸੀਂ ਪੰਜਾਬ ਵਾਲੇ ਬੱਚਿਆਂ ਦੀ ਗੱਲ ਕਰ ਲੈਂਦੇ ਹੋ, ਅਸੀਂ ਜਿਹੜੇ ਬੱਚੇ ਨੇ
खास तौर बीटेक जिहड़े पढ़ रहे ने या मैडिकल लाइन के बच्चे ने यूएसए जाना चाहते हैं कि कुछ क्रेडिट ट्रांसफर प्रोग्राम है कि इतने बच्चा एक या दो साल की डिग्री करे दूजे तीजे साल च या चौथे साल जो अपनी ट्रांसफर है यूएसए लै सके। देखो रणबीर जी, इस दे लिए सानू बच्चे की एनालाइजेशंस करवानी पैंदी है यूनिवर्सिटीज़ तो। जो क्रेडिट ट्रांसफर है वो डिपेंड करता है कि तुसी बीटेक या जो भी तुसी डिग्री कर रहे हो किहड़ी यूनिवर्सिटी तो कर रहे हो। एक नंबर एक, तुसी किथे किथे किसी प्राइवेट यूनिवर्सिटी तो नहीं कर रहे हूँ। उस यूनिवर्सिटी की जो तुसी सानू डॉक्यूमेंटेशन देंदे हो वो असी अंडर एक चीज़ होंदी है एडमिशन अपरूवल, उस दे तहत असी वो डॉक्यूमेंट सैकेंड एडमिशन डिपार्टमेंट नू भेजते हैं। फिर असी उन्हां नाल जो थोड़े डॉक्यूमेंट हो टेलीफोनिकली स्काइपली मेरली उन्हां नाल डिस्कस करते हैं कि तुसी की इस बच्चे नू दो साल पढ़े हुए उत्थे किन्ने क्रेडिट दोगे, एक साल लिए अप्रूव करोगे, दो तीन समेस्टर लिए अप्रूव करोगे या पूरे समेस्टर अप्रूव करोगे। मैक्सीमम साडा बच्चा दो समेस्टर या तीन समेस्टर दी अप्रूव हो जाता है, उस तो बाद वो अगे उन्हों का प्रोग्राम कैरी ऑन कर सकता है। हाँ, उस दे विच उन्हों कुछ क्लासा जरूर लाने पैंदियां, और एक चीज़ जिहड़ी स्कॉलरशिप दी फैसिलिटी है वह नहीं मिल पाती बच्चे नूं, क्योंकि वह पहले ही एक दो तीन समेस्टर जिहड़े उत्थों दे कढ दिंदा। तो ये संभव है, बट इट इज़ तरह दीआं यूनिवर्सिटीआं च क्रेडिट ट्रांसफर मिल सकदा, स्टेट लैवल दी यूनिवर्सिटी या प्राइवेट च जाणा नहीं, ओनली स्टेट लैवल दी यूनिवर्सिटीज़ कोल पावर है जो बच्चों नूं क्रेडिट ट्रांसफर दे सकदियां ने, जिन्हां दी I-20 दे विच प्रॉपर मैंशन आता है कि इस इन्ने पढ़े बच्चे नूं इह क्रेडिट असीं देते, और इत्थों इस समेस्टर तों दा असीं कोर्स है वह चकांगे। उस दे विच एडमिशन सैल थोड़े तो स्काइप इंटरव्यू भी ले सकदा पहले, और सैकेंडली फंडिंग भी थोड़े तो पहले लेगा बिफोर I-20, तो दोनों चीज़ों नू देखेगा। हर सब्जेक्ट जो मैच होंगे पूरे पूरे क्रेडिट मिलते हैं, कुछ घट मिलते हैं, की सिस्टम की होंगे? जदों साढ़े मान लो सब्जेक्ट टू सब्जेक्ट सारे मैच हो गए, सानू 80% जो लाइक 100 नंबर बनते हैं तो 80% साढ़े काउंट होंगे ने, जो इंडियन एजुकेशन है उसका 80% वो काउंट करते हैं। एक समेस्टर सानू पिछों चकते हैं साड़ी एजुकेशन नू, तो इसलिए अमेरिकन एजुकेशन सानू एक समेस्टर पिछों चकती है। तो लाइक बच्चे ने दो साल ला ले तो उन्होंने तीन चार समेस्टर मान लो पढ़ लिया, उन्होंने तीन समेस्टर की क्रेडिट मिल जाएगी, चौथे तो शुरू कर देंगे जी। इस तो अलावा चलो क्रेडिट ट्रांसफर नहीं लेना, जो जनरल बच्चे जाना चाहते हैं प्लस टू तो बाद बीए तो बाद उन्हां दी गल करिए, हुण जिहड़ा ने 17 दे विच पास आउट होना हैगा, बिल्कुल की नंबर अच्छे होना, बिल्कुल आयल्स दे 6.5-7 बैंड होना, घर दे सफिशिएंट फंड होना काफी है, या कुछ होर भी एक्स्ट्रा एफर्ट्स चाहिए दे वास्ते? देखो जिहड़े टेस्ट ने, मैं उन्हां वास्ते एक सवाल पुछण वाले, जिहड़े टेस्ट ने GREG मैट सेट वख-वख लेवल्स दे लई चाहिए हैं, उन्हां वल जाना चाहिए बच्चे नूं पंजाबी स्टूडेंट्स नूं? देखो पंजाबी स्टूडेंट अगर तां उत्थे एक अच्छे लेवल दी देखो जो एप्टीट्यूड टेस्ट ने तुहानूं स्कॉलरशिप विच बहुत हेल्प करदे ने, और कुछ टेक्निकल कोर्सेज नूं लैण लई इह टेस्ट क्लीयर करने पैंदे ने, स्पैशलाइजेशन नूं लैण लई। लाइक बच्चा इत्थों BDS करदा, उन्होंने उत्थे स्पैशलाइजेशन करनी है, डेंटल हाइजीनिक विच जाना, फिर उन्हें स्टेट यूनिवर्सिटी GRE देना पड़ेगा, GRE का स्कोर मंगते हैं स्पेशलाइज्ड वास्ते, जिहड़े एप्टीट्यूड टेस्ट मंगते टेस्ट ने वो मैंडेटरी ने, उत्थे रिक्वायरमेंट है कि इन्ने GRE च नंबर चाहिए या इक्वलेंट टू SAT चाहिए ने या MAT चाहिए ने। हुण दूजी चीज़ जो तुसी गल करो जनरल बच्चे की, जनरल बच्चे IELTS जिहड़ा है वो रिक्वायर है। हुण कई बार सानू बच्चा पुछदा है कि की बैटर है IELTS या PT? बिल्कुल नहीं, PT नहीं चलती। असी हमेशा ये कहने हैं कि IELTS की जो रिकमेंडेशन है वो PT तो ज़्यादा स्ट्रॉन्ग है, और IELTS की रिकमेंडेशन मल्टीपल एरिया कवर करती है। PT की जो कवर है वो सिलेक्टेड जगह पे है, इसलिए अगर बच्चे ने जोर लाना ही है तो डेफिनेटली IELTS के थ्रू लाए जी, उन्होंने हमेशा फायदा होता। लाइक अगर मान लो तुसी TOEFL करदे हो तो सिर्फ तुसी US दे विच ही प्रेफरेंसी चेक करा सकते हो, जबकि IELTS दी रिकमेंडेशन वर्ल्ड वाइड। कुछ टेस्टिमोनियल्स ने, उस तो बाद पोलैंड बारे 2-3 मिनट लावांगे किवें जाना है और किहड़ा इनटेक हैगा, मिलदे हैं टेस्टिमोनियल तो बाद। आई एम राजनदीप कौर, आई बिलोंग टू फिरोजपुर। मैं सैलम ब्रोड सर्विसेज दा टीवी शो देखा सी, फिर मैं इत्थे विजिट किया, फिर मैं इत्थों सिंगापुर दा अपना स्टडी वीज़ा अप्लाई किया। ਮੈਨੂੰ ਇੱਥੋਂ ਦਾ ਪੂਰਾ ਹੀ ਸਟਾਫ ਬਹੁਤ ਕੋਆਪਰੇਟਿਵ ਲੱਗਾ, ਮੈਂ ਇਹਨਾਂ ਦੀ ਸਰਵਿਸ ਤੋਂ ਬਹੁਤ ਸੈਟਿਸਫਾਈਡ ਹਾਂ। ਹੁਣ ਮੇਰਾ ਅਪ੍ਰੈਲ ਇਨਟੇਕ ਦਾ ਸਟੱਡੀ ਵੀਜ਼ਾ ਲੱਗ ਗਿਆ ਸਿੰਗਾਪੁਰ ਦਾ, ਅਤੇ ਮੈਂ ਇਹਨਾਂ ਤੋਂ ਟੋਟਲੀ ਹੈਪੀ ਹਾਂ।
मेरा नाम गुरबीर सिंह है ते मैं फिरोजपुर का रहने वाला हूँ। पहला मेरी सिंगापुर ही रिफ्यूजल आई हुई सी ते फिर मैं सैटलिंग अब्रोड की ऐड देखी टी वी तो फिर मैं सैटलिंग अब्रोड वाले ऑफिस विजिट किया। इन्होंने मेरी बहुत सहायता की तो कोऑपरेटिव स्टाफ से सारा तो इन्होंने मैं हूँ अप्रेंटिस ते इनटेक का वीज़ा लेके दिता तो हूँ मैं जा रहा सिंगापुर। हाय आई एम गौरी सिंगवालिया आई एम फ्रॉम मोहाली। मैंने सेटलिंग अब्रॉड सर्विसेज से अपना वीज़ा अप्लाई किया था स्टूडेंट वीज़ा। सबसे पहले मैंने जनवरी इंटेक के लिए अप्लाई किया था बट वो मेरा रिजेक्ट हो गया ड्यू टू सम अदर रीजंस। बट उसके बाद सब ने मेरे को बहुत मोटिवेट किया इनक्रेज किया कि मैं फिर से मेन इंटेक में वीज़ा लगवाऊँ। बट उसके बाद मैंने लगवाया सब ने बहुत मुझे मेरे साथ कोऑपरेट किया सब ने बहुत मुझे हेल्प की और मेरा उसके बाद वीज़ा आ गया और मैं बहुत खुश हूँ इस बात के लिए। मैं बहुत थैंकफुल हूँ सेटलिंग अब्रॉड सर्विसेज के लिए। सत श्री अकाल जी मैं मेरा नाम युवराज सिंह है तो मैं श्री फतेहगढ़ साहब का रहने वाला तो मेरी प्रोफाइल सी मैं लास्ट ईयर प्लस टू की 2016 के मेरे आईलेट्स ओवरऑल 6 बैंड से बट 1 चो 5 करके मेरी फाइल कितों नहीं लग रही तो आखिरकार मैं मैंने सैटलिंग अब्रॉड बारे किसी ने दसिया तो मैं इतने विजिट किया तो उरे मैं स्टाफ इन्हों का बहुत वधिया लग्या। इन्होंने मैं बहुत वधिया तरीके समझाया तो मेरे इन्होंने फाइल मेरा केस इन्होंने फड़िया तो मेरे इन्होंने कैपिलानो यूनिवर्सिटी के अप्लाई किया वैंकूवर तो मेरी फाइल एम्बैसी के एक महीने तो 1.5 महीने फाइल मेरी एम्बैसी के रही पर फाइनली अज मेरा वीज़ा मेरे हाथ है तो मैं बहुत खुश हाँ। जिन्हें भी जिस बच्चे ने भी हम कैनेडा वास्ते अप्लाई करना है और एक बार जरूर विजिट करे बिकॉज उरे का स्टाफ बहुत वधिया है सो आई विल रिकमेंड टू विजिट ओवर हेयर। सत श्री अकाल जी सारे मेरा नाम संदीप सिंह है तो मैं सुरिदों का रहने वाला तो मैं अपनी प्लस टू 2015 कंप्लीट की उस तो बाद मैं आईलैट्स का एग्जाम दिता तो 5.5 बैंड आए थे मेरे तो जनवरी 2016 के मैं आस्ट्रेलिया लिए अप्लाई किया तो मेरा वीज़ा रिफ्यूज़ हो गया तो उस तो बाद मैं न्यूजीलैंड अप्लाई किया अगस्त 2016 तो फर्स्ट ईयर जो मेरा वीज़ा रिफ्यूज़ हो गया तो उस तो बाद मेरे एक दोस्त ने मैं सैटलिंग अब्रॉड सर्विसिज कंपनी बारे दसिया तो उस तो बाद मैं अपना केस रीअप्लाई किया न्यूजीलैंड लई तो 14 मार्च में मेरा वीज़ा आ गया तो हूँ मेरी 8 अप्रैल में मेरी फ्लाइट है तो मैं सारे दोस्तों में यही गाइड करना सुजैसट करना कि वो अपना केस सैटलिंग अब्रॉड सर्विसिज तो अप्लाई करवा एंड आई एम वेरी थैंकफुल टू अमन सर उन्होंने बहुत ही मेरी हेल्प की थैंक यू सो मच। सो टेस्टिमोनियल तो बाद 2 मिनट लाऊंगा सिर्फ यूरोपियन स्टूडेंट्स जो चाहवान ने विद्यार्थी के असं यूरोप के भी जाके पढ़ना है पोलैंड पोलैंड काफ़ी कंपनीज प्रमोट कर दी जी। पहला एक लाइन के एक शब्द के पूछूंगा येस नो कि सक्सैस रेट अच्छा है पोलैंड इस करके प्रमोट किया जाता है। दो कारण है सक्सैस रेट अच्छा है प्लस जो खर्चा है वो घट है खर्चा घट घट है मिडिल क्लास बंदा भी उत्थे जाके सैटल हो कोई फीडबैक आती है उत्थों के बच्चे खुश ने लोकल पॉलिश लैंग्वेज सीखने तो बिना गुजारा हो जाता है जो बच्चों लई वो मंजिल है एक पौड़ी है जिहड़ा पोलैंड है। बच्चों की दो तरह की सानू फीडबैक मिलती है पहली फीडबैक कि पॉलिश तो मैंडेटरी है यूरोप कितने भी जाना मैंडेटरी तो भाव अकैडमिक मैंडेटरी है सोशल मैंडेटरी सोशल 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 मैंडेटरी है क्योंकि उत्थे उन्होंने सोशली जॉब भी करनी है और सारा कुछ करना है। दूजी चीज़ पोलैंड तो फीडबैक यह आता है कि जो अगर बच्चे जो यूनिवर्सिटीज़ में एडमिशन लेके गए या गवर्नमेंट रिकमेंडेशन दे गए उन्होंने बेनीफिट ज़्यादा मिले क्योंकि उत्थे जो पढ़ाने का स्तर से या पॉलिश सिखाने का स्तर से वो बैटर से क्योंकि इनवायरमेंट बैटर से जो सिर्फ लैंग्वेज के कोर्स पर गए उन्होंने उत्थे जाके डिफिकल्टी आई पार्ट टाइम वर्क विच मुड़ के वीज़ा एक्सटेंशन विच और उत्थे वर्क राइट्स लैन विच क्योंकि कई यूरोपियन कंट्रीज़ विच साडा बच्चा क्यों नहीं जाता रणवीर जी उसका कारण की है कि देर इज़ नो सैटलमेंट देर इज़ नो वर्क परमिट आफ्टर कंप्लीशन ऑफ स्टडी किसी देश नहीं कुछ पोलैंड कुछ यूरोप पोलैंड वर्गे कुछ उसका कारण की है इफ यू नोट गेट यूर अगर तुसी अपना सॉरी अगर तुसी अपना मेन कोर्स इतों स्टार्ट करा के नहीं जा रहे तो उत्थे जाके मेन कोर्स इंग्लिश विच मिलना डिफिकल्ट हो जाता है। वीज़ा एक्सटेंशन बच्चे का नहीं होंदा बच्चे नू या तो इलीगल रूप से रहना पैंदा या बच्चे नू वापस आना पैंदा तो इसलिए इत्थे भी राइट एक्सपीरियंस की जरूरत है कि बच्चे नू केड़ी यूनिवर्सिटी भेजना बाद विच उंदे वर्क परमिट का की रेशो रहेगा
ਔਰ ਬੱਚਾ ਉੱਥੇ ਕਿੱਦਾਂ ਸੈਟਲ ਹੋ ਸਕਦਾ। ਸਰਬਜੀਤ ਸਿੰਘ ਉਹਨੂੰ ਅੱਗੇ ਨਹੀਂ ਵਧਾ ਪਾਵਾਂਗੇ, ਪਰ ਤੁਹਾਡੇ ਲਈ ਕੋਈ ਲਿਮਿਟੇਸ਼ਨਸ ਨਹੀਂ, ਤੁਸੀਂ ਕੁਐਸਚਨ ਕਰ ਸਕਦੇ ਹੋ ਸੈਟਲਿੰਗ ਅਬਰੋਡ ਦੀ ਟੀਮ ਦੇ ਨਾਲ ਕਿਸੇ ਵੀ ਮੁੱਦੇ ਦੇ ਉੱਪਰ, ਕੈਨੇਡਾ ਜਰਨਲ, SPP, USA ਔਰ ਪੋਲੈਂਡ ਦੇ ਉੱਪਰ। ਸ਼ੋਅ ਇੱਥੇ ਖਤਮ ਕਰ ਰਿਹਾ, ਧੰਨਵਾਦ ਜੀ ਆਉਣ ਲਈ, ਆਪਣੇ ਦੋਸਤ ਤਰਨਵੀਰ ਸਿੰਘ ਨੂੰ ਲਾ ਕੇ ਦੇ, ਸ਼ੁਕਰੀਆ।